हेलो 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 एवरीवन, वेलकम बैक टू माय चैनल। होप तुसी सारे वधिया होवोगे, कैंट होवोगे ते चढ़दी कला विच होवोगे। सो अज दी वीडियो दा टाइटल दा तुसी देख ही लिया होना आ। सो ज़्यादा टाइम वेस्ट ना करदे हो या करदे हैं अज दी वीडियो शुरू। सो अज दी इस वीडियो दे विच मैं बेसिकली कवर करूँगी हाउ आई मैनेज माई टू शिफ्ट्स, कैडियां शिफ्ट्स किद्दां मैनेज हुंदियां ने, किन्ने घंटे काम करदे आ। ते वीडियो नूं एंड तक जरूर देखियो। ते जेडे भी इस चैनल ते नवे ने, जस्ट सब्सक्राइब माई चैनल, डू लाइक कमेंट और शेयर विद योर फ्रेंड्स टू लैट दैम नो दी सिचुएशन, जां किद्दां तुसी डबल शिफ्ट्स कर सकते हो। सो करदे हां अज दी वीडियो शुरू फिर। सो वीडियो स्टार्ट करन तो पहला मैं तुहानूं दस दिंदी हां कि इस वीडियो दे विच मैं कुछ क्लिप्स शेयर करूँगी, क्योंकि मैं आज वीडियो बना रही हूँ, बट मैं वीडियो बहुत टाइम पहला दी सोची सी कि मैं पोस्ट करूँगी कि किद्दां आपां दो शिफ्ट चला सकते हैं, एक जस्ट एक मोटिवेशन वास्ते स्पेशली कुड़ियां दे लई। ते मैं मैनूं लगदा हार्डली यह दो तीन मंथ्स तो सोच रही सी, तो मैं छोटे छोटे क्लिप्स शूट करती रही, बट मैनू अज टाइम मिलिया। आई विल ओवरवॉइस दैट क्लिप्स, तो नाल दी नाल मैं थोनू सारा दसूंगी कि मेरा स्केड्यूल सीगा कि नहीं सीगा। सो लेट्स स्टार्ट। सो इट्स द सेकंड ब्रेक टाइम, द टाइम इज नियर अराउंड 1:30 AM। सेकेंड ब्रेक है, इस बाद थर्ड ब्रेक होगी 2 hours बाद, नियर अराउंड 4 or 3:45, एंड दैन एट 6 एंड ऑफ द शिफ्ट। सो फाइनली आई रीच्ड होम, हुन लॉग इन करनी है दूजी शिफ्ट ते, टाइम है 7, ते नाल दी नाल आपां करांगे अपना घर दा काम, जिवें कि सब्जी बनाउणी, भांडे मांजणे, थोड़ी जी सफाई। ਇਹ ਚੀਜ਼ਾਂ ਉਦਣ ਪੋਸੀਬਲ ਹੁੰਦੀਆਂ ਜਿੱਦਣ ਮੈਂ ਘਰੇ ਹੋਵਾਂ, ਅਤੇ ਜਿੱਦਣ ਜਾਣਾ ਹੋਵੇ ਔਫਿਸ ਤਾਂ ਫਿਰ ਇਹ ਚੀਜ਼ਾਂ ਨਹੀਂ ਹੁੰਦੀਆਂ, ਕਿਉਂਕਿ ਮੇਰਾ ਮੋਸਟਲੀ ਵਰਕ ਫਰੋਮ ਹੋਮ ਵੀ ਹੁੰਦਾ ਆ। ਸੋ ਆਈ ਜਸਟ ਲੌਗ ਇਨ ਮਾਈ ਲੈਪਟੋਪ, ਅਤੇ ਨਾਲ ਦੀ ਨਾਲ ਮੈਂ ਆਪਦੀਆਂ ਕਾਲਸ ਵਗੈਰਾ ਜੋ ਪਿੱਕ ਕਰਨੀਆਂ ਹੁੰਦੀਆਂ ਕਰਦੀ ਹਾਂ, ਜੋ ਹੋਰ ਈਮੇਲਸ ਪਾਉਣੀਆਂ ਹੁੰਦੀਆਂ ਉਹ ਪਾ ਲੈਂਦੀ ਹਾਂ, ਕਿਚਨ ਕਲੀਨ ਹੋ ਜਾਂਦੀ ਆ, ਸਬਜ਼ੀ ਬਣ ਜਾਂਦੀ ਆ, ਭਾਂਡੇ ਸਾਫ਼ ਹੋ ਜਾਂਦੇ ਆ, ਬਿਕੋਜ਼ ਇੰਨਾ ਕੰਮ ਤਾਂ ਘਰੇ ਆ ਕੇ ਕਰਨਾ ਹੀ ਪੈਂਦਾ ਆ। ਸੋ ਇਹ ਛੋਟੇ ਛੋਟੇ ਕਲਿੱਪਸ ਜੋ ਮੈਂ ਆਲਰੇਡੀ ਸ਼ੂਟ ਕੀਤੇ ਹੋਏ ਨੇ, ਸੋ ਮੈਂ ਜਸਟ ਉਹੀ ਐਡ ਕਰ ਰਹੀ ਹਾਂ। ਸੋ ਆਈ ਐਮ ਚੈਕਿੰਗ ਮਾਈ ਸਪੀਡ, ਮੈਂ ਕਿਹੜੇ ਤੇਜ਼ ਭਾਂਡੇ ਮਾਂਜ ਰਹੀ ਹਾਂ ਯਾਰ, ਯਾ ਬਿਕੋਜ਼ ਇੱਥੇ ਸਾਰਾ ਕੰਮ ਆਪ ਹੀ ਕਰਨਾ ਪੈਂਦਾ ਹੈ, ਇੱਥੇ ਕਿਹੜਾ ਮੰਮੀ ਆ ਜਿੰਨਾ ਇਹ ਕਰ ਦੇਣਾ। ਅਤੇ ਆਪਾਂ ਭਾਂਡੇ ਮਾਂਜ ਕੇ, ਸਬਜ਼ੀ ਨਾਲ ਬਣਾ ਕੇ, ਆਟਾ ਗੁੰਨ ਕੇ, ਰਾਤ ਦੀ ਰੋਟੀ ਬਣਾ ਕੇ, ਅਤੇ ਆਪਾਂ ਚੱਲ ਜਾਣਾ ਆਪਦੇ ਬੈੱਡ 'ਤੇ, ਅਤੇ ਫਿਰ ਆਪਾਂ ਕਰਾਂਗੇ ਉੱਥੇ ਬੈਠ ਕੇ ਸ਼ਿਫਟ ਕੰਟੀਨਿਊ, ਐਂਡ ਦੈਨ 2 ਵਜੇ ਜਾਂ 3 ਵਜੇ ਆਪਣੀ ਸ਼ਿਫਟ ਖਤਮ। ਸੋ ਦਿਸ ਇਜ਼ ਹਾਊ ਕਿ ਮੈਂ ਦੋਨੋਂ ਸ਼ਿਫਟਸ ਦੇ ਵਿੱਚ 48 ਤੇ 48 ਆਵਰਸ ਕਵਰ ਕਰਦੀ ਹਾਂ। ਸੋ ਯੂ ਕੈਨ ਕੈਲਕੂਲੇਟ 48 48 ਕਿੰਨੇ ਹੁੰਦੇ ਆ, ਕਈ ਵਾਰ ਘੱਟ ਵੀ ਹੋ ਜਾਂਦੇ। ਨੀਅਰ ਅਰਾਊਂਡ ਆਈ ਵਰਕ 90 to 92 or 94 hours ਪਰ ਵੀਕ। ਸੋ ਇੰਨੇ ਘੰਟੇ ਕੰਮ ਕਰਕੇ ਬਿਲਕੁਲ ਮੱਤ ਵੱਜੀ ਹੁੰਦੀ ਆ। ਇਟਸ ਨੋਟ ਐਨ ਈਜ਼ੀ ਜੋਬ, ਅਤੇ ਮੈਂ ਇਹ ਨਹੀਂ ਕਹਿ ਰਹੀ ਕਿ ਸਿਰਫ ਮੈਂ ਹੀ ਉਹ ਕੰਮ ਕਰਦੀ ਹਾਂ। ਇੱਥੇ ਜੇ ਆਪਾਂ ਦੇਖੀਏ ਤਾਂ ਜੇ 10 ਜਣੇ ਵਰਕ ਪਰਮਿਟ 'ਤੇ ਆ, ਤਾਂ ਉਹਦੇ 'ਚੋਂ 6 ਜਾਂ 7 ਜਣੇ ਡਬਲ ਸ਼ਿਫਟਾਂ ਲਾ ਹੀ ਰਹੇ ਹੁੰਦੇ ਆ। ਨੋ ਡਾਊਟ ਉਹ ਵੀਡੀਓਜ਼ ਨਹੀਂ ਬਣਾਉਂਦੇ ਜਾਂ ਪੋਸਟ ਨਹੀਂ ਕਰਦੇ, ਬਟ ਐਵਰੀਵਨ, ਐਵਰੀ ਸਟੂਡੈਂਟ ਇਜ਼ ਵਰਕਿੰਗ ਰੀਅਲੀ ਹਾਰਡ ਓਵਰ ਹੇਅਰ ਟੂ ਸਸਟੇਨ ਦੀਅਰ ਲਾਈਫਸ, ਬਿਕੋਜ਼ ਅੱਜ ਕੱਲ੍ਹ ਮਹਿੰਗਾਈ ਇੰਨੀ ਜ਼ਿਆਦਾ ਹੋਈ ਪਈ ਆ। So this was the whole story behind my two shifts as I share some clips with you. ਅਤੇ ਜੇ ਕਿਸੇ ਦੀ ਕੋਈ ਕੁਐਰੀ ਹੈਗੀ ਆ, ਤੁਸੀਂ ਮੈਨੂੰ DM ਕਰ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ਹੁੰਦਲਸ ਵਲੋਗ, ਅਤੇ ਆਈ ਐਮ ਐਕਟਿਵ ਔਨ ਲਿੰਕਡਇਨ ਆਲਸੋ, ਸੋ ਆਈਦਰ ਯੂ ਕੈਨ ਗਾਈਜ਼ ਕੰਟੈਕਟ ਮੀ ਓਵਰ ਦੇਅਰ। ਸੋ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਅਤੇ ਜੇ ਪਸੰਦ ਆਈ ਆ ਤਾਂ ਲਾਈਕ ਜ਼ਰੂਰ ਕਰਿਓ, ਕਮੈਂਟ ਕਰਕੇ ਦੱਸਿਓ, ਅਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਲਦੀ। ਸੋ ਸਾਰੇ ਜਣੇ ਆਪਦਾ ਖਿਆਲ ਰੱਖਿਓ, ਟੇਕ ਕੇਅਰ, ਬਾਏ।